ਦੇਸ਼ ਵਿਦੇਸ਼ਾਂ ਦੇ ਵਿੱਚ ਇਵਨ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ ਪ੍ਰੋਗਰਾਮ ਖੋਜ ਦਰਪਣ ਸਾਂਝ ਵਿਚਾਰਾਂ ਦੇ ਵਿੱਚ। ਜੀ ਹਾਂ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਧਰਮ ਅਤੇ ਸਮਾਜ ਨਾਲ ਜੁੜੀਆਂ ਹੋਈਆਂ ਉਹ ਸ਼ਖਸੀਅਤਾਂ ਆਪ ਜੀ ਦੇ ਰੂਬਰੂ ਕਰਦੇ ਹਾਂ ਜਿਨ੍ਹਾਂ ਨੇ ਇੱਕ ਵਡਮੁੱਲਾ ਕਾਰਜ ਕਰਕੇ ਦੁਨੀਆ ਦੇ ਸਾਹਮਣੇ ਇੱਕ ਇਹੋ ਜਿਹਾ ਸੱਚ ਲੈ ਕੇ ਆਉਂਦਾ ਹੈ ਜਿਨ੍ਹਾਂ ਤੋਂ ਅਸੀਂ ਸੇਧ ਲੈ ਕੇ ਆਪਣੇ ਜੀਵਨ ਨੂੰ ਚੰਗੇ ਪਾਸੇ ਲਾ ਸਕਦੇ ਹਾਂ। ਅਤੇ ਜੋ ਸ਼ਖਸੀਅਤ ਅੱਜ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਸਾਡੇ ਅਤਿ ਸਤਿਕਾਰਯੋਗ ਡਾਕਟਰ ਪਰਮਜੀਤ ਸਿੰਘ ਜੀ ਸਰੋਆ, ਜੋ ਕਿ ਕਿਸੇ ਜਾਣ ਪਹਿਚਾਣ ਦੇ ਮੁਤਾਜ ਨਹੀਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਤੌਰ ਸਕੱਤਰ ਦੀ ਭੂਮਿਕਾ ਨਿਭਾ ਰਹੇ, ਇੱਕ ਨਹੀਂ ਅਨੇਕਾਂ ਕਾਰਜਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ। ਜਦੋਂ ਅਸੀਂ ਇਹਨਾਂ ਦੀ ਜ਼ਿੰਦਗੀ ਵੱਲ ਝਾਤ ਮਾਰਦੇ ਹਾਂ ਤਾਂ ਇਹਨਾਂ ਨੇ ਇੱਕ ਨਹੀਂ ਅਨੇਕਾਂ ਕਾਰਜ ਕੀਤੇ ਨੇ, ਉਹਨਾਂ ਕਾਰਜਾਂ ਦੇ ਨਾਲ ਨਾਲ ਇੱਕ ਬੜਾ ਵਡਮੁੱਲਾ ਕਾਰਜ ਜਿਹਨੂੰ ਕਿ ਖੋਜ ਕਾਰਜ ਵੀ ਕਿਹਾ ਜਾਂਦਾ ਹੈ, ਉਹ ਹੈ ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਉੱਪਰ ਇੱਕ ਝਾਤ ਮਾਰਨੀ। ਜੀ ਹਾਂ ਦੋਸਤੋ, ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਵੱਲ ਵੇਖਦੇ ਹਾਂ, ਇਹ ਕਿਹਾ ਜਾਂਦਾ ਹੈ ਗੁਰੂ ਨਾਨਕ ਸਾਹਿਬ ਨੇ 20 ਰੁਪਏ ਦਾ ਲੰਗਰ ਲਾ ਕੇ ਉਹ ਲੰਗਰ ਅੱਜ ਤੱਕ ਚੱਲਦਾ ਆ ਰਿਹਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੜਾ ਪਿਆਰਾ ਬਚਨ ਮਿਲਦਾ ਹੈ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬਹਿਸਨ ਪਾਈ ਹੈ। ਉਸੀ ਲੰਗਰ ਦੀ ਸੇਵਾ ਨੂੰ ਨਿਰੰਤਰ ਜਾਰੀ ਰੱਖਣ ਵਾਲੇ ਸਾਡੇ ਅਤਿ ਸਤਿਕਾਰਯੋਗ ਹਜ਼ੂਰ ਸਾਹਿਬ ਦੇ ਪ੍ਰਸਿੱਧ ਮਹਾਂਪੁਰਸ਼ ਬਾਬਾ ਨਿਧਾਨ ਸਿੰਘ ਜੀ, ਜੋ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀਆਂ ਰਹਿਮਤਾਂ ਦੇ ਪਾਤਰ ਬਣੇ, ਅੱਜ ਤੱਕ ਉਹਨਾਂ ਦੇ ਸਥਾਨ 'ਤੇ ਲੰਗਰ ਉਸੇ ਤਰ੍ਹਾਂ ਬਰਕਰਾਰ ਚੱਲ ਰਿਹਾ ਹੈ। ਅਤੇ ਆਓ ਅੱਜ ਬਾਬਾ ਨਿਧਾਨ ਸਿੰਘ ਦੇ ਜੀਵਨ ਉੱਪਰ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਾਂਗੇ ਡਾਕਟਰ ਪਰਮਜੀਤ ਸਿੰਘ ਸਰੋਆ ਉਹਨਾਂ ਦੇ ਨਾਲ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ, ਜੀ ਆਇਆਂ ਅਤੇ ਫਤਿਹ ਅੱਜ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜਦੋਂ ਸ਼ਬਦ ਪੜ੍ਹਦੇ ਹਾਂ ਅਸੀਂ ਇਤਿਹਾਸਕ ਹਵਾਲਿਆਂ ਤੋਂ, ਖੀਸਾ ਮੇਰਾ ਹੱਥ ਤੇਰਾ, ਅਤੇ ਸਾਡਾ ਧਿਆਨ ਜਾਂਦਾ ਹੈ ਬਾਬਾ ਨਿਧਾਨ ਸਿੰਘ ਦੇ ਵੱਲ, ਜਿਨ੍ਹਾਂ ਦੇ ਉੱਪਰ ਤੁਸੀਂ ਵਡਮੁੱਲਾ ਕਾਰਜ ਕੀਤਾ, ਇੱਕ PhD ਦਾ ਵੀ ਥੀਸਿਸ ਸਬਮਿਟ ਕਰ ਦਿੱਤਾ। ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਉੱਪਰ ਖੋਜ ਕਾਰਜ ਕਰਨ ਦਾ ਇਹ ਖਿਆਲ ਤੁਹਾਡੇ ਜ਼ਿਹਨ 'ਚ ਕਿਵੇਂ ਆਇਆ? ਬਾਬਾ ਨਿਧਾਨ ਸਿੰਘ ਜੀ, ਜਿਨ੍ਹਾਂ ਦਾ ਬਹੁਤ ਵੱਡਾ ਸਿੱਖ ਸਮਾਜ ਨੂੰ ਜਿਹੜਾ ਯੋਗਦਾਨ ਆ ਸਿੱਖੀ ਪ੍ਰਚਾਰ ਪ੍ਰਸਾਰ ਲਈ ਜੀ, ਮੇਰਾ ਕੁਦਰਤਨ ਜਿਹੜਾ ਪਿੰਡ ਆ, ਉਹਨਾਂ ਦੇ ਪਿੰਡ ਤੋਂ 2-3 ਕਿਲੋਮੀਟਰ ਦੂਰ ਸੀ ਜੀ, ਲੇਕਿਨ ਫਿਰ ਵੀ ਸਾਡੇ ਘਰਾਂ 'ਚ ਉਹਨਾਂ ਦੀਆਂ ਫੋਟੋਆਂ ਤਾਂ ਜ਼ਰੂਰ ਲੱਗੀਆਂ ਹੁੰਦੀਆਂ ਸੀ ਸਾਰਿਆਂ 'ਚ ਉੱਧਰ, ਪਰ ਅਸੀਂ ਕਦੀ ਇਸ ਪਾਸੇ ਬੜਾ ਧਿਆਨ ਨਹੀਂ ਦਿੱਤਾ। ਮੈਂ ਕਦੀ ਉਹਨਾਂ ਦੇ ਅਸਥਾਨ 'ਤੇ ਵੀ ਨਹੀਂ ਜਾ ਕੇ ਆਇਆ ਸੀ ਜੀ, ਲੇਕਿਨ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵਿੱਚ ਰਹਿੰਦੇ ਹਾਂ, ਔਰ ਜਿਹੜਾ ਉਹਨਾਂ ਦੇ ਮੰਨ ਲਓ ਇੱਕ ਕਿਤਾਬ ਮੈਨੂੰ ਕਿਤੋਂ ਛੋਟੀ ਜਿਹੀ ਮਿਲੀ ਸੀ ਉਹਨਾਂ ਦੇ, ਤਾਂ ਉਸਦਾ ਰਿਵਿਊ ਕਰਨਾ ਸੀ, ਮੈਂ ਉਸਨੂੰ ਦੁਬਾਰਾ ਛਾਪਣਾ ਸੀ ਜੀ। ਉਹਦੇ ਬਾਰੇ ਜਦੋਂ ਮੇਰੇ ਕੋਲ ਉਹ ਕਿਤਾਬ ਆਈ ਤਾਂ ਮੈਨੂੰ ਉਸ ਤੋਂ ਮੰਨ ਲਓ ਚੇਟਕ ਲੱਗੀ, ਔਰ ਮੈਂ ਬੜਾ ਹੈਰਾਨ ਹੋਇਆ ਕਿ ਜਿਹੜਾ ਸੰਤ ਮਹਾਂਪੁਰਸ਼ ਬਾਬਾ ਨਿਧਾਨ ਸਿੰਘ ਜੀ ਨੇ, ਜਿਨ੍ਹਾਂ ਨੇ ਐਡਾ ਵੱਡਾ ਕਾਰਜ ਸਿੱਖ ਸਮਾਜ ਲਈ ਕੀਤਾ, ਉਹਨਾਂ ਬਾਰੇ, ਉਹਨਾਂ ਦੀ ਜਾਣਕਾਰੀ ਬਾਰੇ ਕੋਈ ਕਿਤੇ ਵੀ ਕੋਈ ਸ਼ਬਦ ਵੀ ਨਹੀਂ ਮਿਲਦੇ। ਇਸ ਕਰਕੇ ਮੈਂ ਸੋਚਿਆ ਵੀ ਇਹ ਘੱਟੋ ਘੱਟ ਇਹ ਫੀਲਡ 'ਤੇ ਕੰਮ ਕੀਤਾ ਜਾਵੇ, ਕਿਆ ਬਾਤ ਹੈ, ਤਾਂ ਕਿ ਉਹਨਾਂ ਦੀਆਂ ਖੁਸ਼ੀਆਂ ਵੀ ਹਾਸਲ ਕੀਤੀਆਂ ਜਾਣ ਅਤੇ ਸਮਾਜ ਦੀ ਸੇਵਾ ਵੀ ਹੋ ਸਕੇ ਜੀ। ਬਿਲਕੁਲ ਦਰਸ਼ਕੋ, ਮੈਂ ਤੁਹਾਨੂੰ ਇੱਥੇ ਇਹ ਵੀ ਦੱਸ ਦੇਵਾਂ, ਸਾਡੇ ਅਤਿ ਸਤਿਕਾਰਯੋਗ ਡਾਕਟਰ ਪਰਮਜੀਤ ਸਿੰਘ ਸਰੋਆ ਜੀ ਵਿਸ਼ੇਸ਼ ਤੌਰ 'ਤੇ ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਦੇ ਸੰਸਥਾਪਕ ਵੀ ਨੇ, ਜਿਨ੍ਹਾਂ ਨੇ ਬੀੜਾ ਚੁੱਕਿਆ ਸੀ ਕਿ ਜਿਵੇਂ ਕਿ ਮੈਨੂੰ ਇੱਕ ਚੇਟਕ ਲੱਗੀ, ਬਾਬਾ ਨਿਧਾਨ ਸਿੰਘ ਦੇ ਜੀਵਨ ਬਾਰੇ ਪੂਰੇ ਸਮਾਜ ਨੂੰ ਦੱਸਿਆ ਜਾਵੇ, ਪੂਰੀ ਸਿੱਖ ਸੰਗਤ ਨੂੰ ਦੱਸਿਆ ਜਾਵੇ, ਇਹਨਾਂ ਨੇ ਇੱਕ PhD ਦਾ ਥੀਸਿਸ ਸਬਮਿਟ ਕਰਕੇ ਸਾਡੇ ਸਾਹਮਣੇ ਰੱਖ ਦਿੱਤਾ। ਡਾਕਟਰ ਸਾਹਿਬ, ਇਹ ਤਾਂ ਹੋ ਗਈ ਤੁਹਾਡੇ ਚੇਟਕ ਲੱਗਣ ਦੀ ਗੱਲ, ਜਦੋਂ ਤੁਸੀਂ ਖੋਜ ਕਾਰਜ ਕਰਨਾ ਸ਼ੁਰੂ ਕੀਤਾ, ਇੱਕ ਨਹੀਂ ਅਨੇਕਾਂ ਮੁਸ਼ਕਲ ਆਈਆਂ ਆਉਣੀਆਂ, ਕਿਉਂਕਿ ਇਹ ਉਹ ਮਹਾਂਪੁਰਸ਼ ਨੇ ਜਿਨ੍ਹਾਂ ਦੇ ਬਾਰੇ ਲਿਖਿਆ ਬਹੁਤ ਘੱਟ ਗਿਆ, ਸੁਣਿਆ ਵੀ ਬਹੁਤ ਘੱਟ ਗਿਆ, ਕਿਉਂਕਿ ਜਿਹੜੇ ਸੰਗਤ ਹਜ਼ੂਰ ਸਾਹਿਬ ਜਾਵੇਗੀ ਉਹਨਾਂ ਨੂੰ ਬਾਬਾ ਨਿਧਾਨ ਸਿੰਘ ਬਾਰੇ ਪਤਾ ਲੱਗੇਗਾ, ਪਰੰਤੂ ਜਦੋਂ ਪੂਰੇ ਵਿਸ਼ਵ ਦੇ ਖਿੱਤੇ ਵੱਲ ਅਸੀਂ ਵੇਖਦੇ ਹਾਂ, ਪੂਰੀ ਸਿੱਖ ਸੰਗਤ ਵੱਲ ਅਸੀਂ ਵੇਖਦੇ ਹਾਂ, ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲਈ ਵਾਸੀ ਬੈਠੇ ਨੇ, ਬਹੁਤ ਘੱਟ ਪਤਾ ਹਜੇ ਬਾਬਾ ਨਿਧਾਨ ਸਿੰਘ ਬਾਰੇ, ਇਹਨਾਂ ਬਾਰੇ ਤੁਸੀਂ ਕੀ ਆਖੋਗੇ? ਮੰਨ ਲਓ ਇਸ ਦੇ ਘੱਟ ਪਤਾ ਹੋਣ ਕਰਕੇ ਜਿਸ ਤਰ੍ਹਾਂ ਤੁਸੀਂ ਅਖੀਰ 'ਤੇ ਕਿਹਾ, ਉਸ ਕਰਕੇ ਮੈਂ ਵਿਸ਼ਾ ਸਾਹਮਣੇ ਚੁਣਿਆ ਆਪਣੇ ਜੀ। ਬਹੁਤ ਸਾਰੀਆਂ ਔਕੜਾਂ ਵੀ ਆਈਆਂ, ਪਰ ਉਹ ਅਸੀਂ ਔਕੜਾਂ ਇਸ ਤਰ੍ਹਾਂ ਹੱਲ ਕੀਤੀਆਂ, ਕਿਉਂਕਿ ਜਿਹੜੇ ਅਸੀਂ ਸੈਮੀਨਾਰ ਹੁਣ ਸ਼ੁਰੂ ਕੀਤੇ ਇਹਨਾਂ 'ਤੇ ਕਰਨੇ ਜੀ, ਔਰ 3 ਅਸੀਂ ਪੰਜਾਬੀ ਯੂਨੀਵਰਸਿਟੀ 'ਚ ਕੀਤੇ ਆ, 3 ਵਿਦੇਸ਼ 'ਚ ਕੀਤੇ ਆ, 2 ਟੌੜਾ ਇੰਸਟੀਚਿਊਟ ਕੀਤੇ ਸੀਗੇ, ਔਰ 2 ਇੱਕ ਦੋ ਆਲੇ ਦੁਆਲੇ ਹੋਰ ਇੱਕ ਸਟੇਟ ਕਾਲਜ ਕੀਤਾ। ਯਾਨੀ ਕਿ ਇਹਨਾਂ ਦੀ ਜਿਵੇਂ ਜਿਹੜੀ ਇਹਨਾਂ ਦੀ ਜਾਣਕਾਰੀ ਸੀਗੀ ਬਾਬਾ ਨਿਧਾਨ ਸਿੰਘ ਦੀ, ਉਹ ਪੂਰੇ ਕਾਇਨਾਤ ਤੱਕ ਦੱਸੀ ਜਾਵੇ। ਉੱਥੋਂ ਅਸੀਂ ਜਿਹੜੇ ਵਿਦਵਾਨ ਬੁਲਾਏ ਜੀ, ਔਰ ਵਿਦਵਾਨਾਂ ਤੋਂ ਉਹਨਾਂ 'ਤੇ ਲੈਕਚਰ ਕਰਵਾਏ, ਉਹਨਾਂ ਦੀ ਜਿਹੜੀ ਪ੍ਰੋਸੀਡਿੰਗ ਸੀਗੀ ਉਹਨਾਂ ਤੋਂ ਅਸੀਂ ਜਿਹੜਾ ਇਹ ਸਾਡਾ ਜਿਹੜਾ ਖੋਜ ਕਾਰਜ ਅੱਗੇ ਵਧਾਇਆ, ਕਿਉਂਕਿ ਆਪ ਮਿਹਨਤ ਕੀਤੀ ਸਾਰੀ ਇਕੱਲੇ ਇਕੱਲੇ, ਕਿਉਂਕਿ ਵਿਦਵਾਨਾਂ ਨੂੰ ਥੋੜ੍ਹਾ ਬਹੁਤਾ ਕੁਛ ਮੁਹੱਈਆ ਵੀ ਕਰਵਾਇਆ, ਜੋ ਕੁਛ ਸੀਗਾ ਕੁਛ ਉਹਨਾਂ ਨੇ ਆਪ ਖੋਜ ਕਰਕੇ ਸਾਨੂੰ ਅੱਗੇ ਮੁਹੱਈਆ ਕਰਿਆ, ਜੋ ਕਿ ਮੇਰੇ ਖੋਜ ਕਾਰ ਲਈ ਜਿਹੜਾ ਉਹ ਬਹੁਤ ਅੱਛਾ ਸਿੱਧ ਹੋਇਆ। ਡਾਕਟਰ ਸਾਹਿਬ, ਤੁਸੀਂ ਬੜਾ ਵਡਮੁੱਲਾ ਕਾਰਜ ਬਾਬਾ ਨਿਧਾਨ ਸਿੰਘ ਹਜ਼ੂਰ ਸਾਹਿਬ
ਲੰਗਰਾਂ ਵਾਲਿਆਂ ਦੇ ਉੱਪਰ ਕੀਤਾ ਹੈ, ਜਿਨ੍ਹਾਂ ਬਾਰੇ ਕਿਹਾ ਵੀ ਜਾਂਦਾ ਕਿੱਸਾ ਮੇਰਾ ਹੱਥ ਤੇਰਾ, ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਸੀ ਕਲਗੀ ਤਰਪਾਤਸ਼ਾਹ ਦੀ। ਉਹਨਾਂ ਦੇ ਜੀਵਨ ਬਾਰੇ ਅੱਜ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਦੱਸਣਾ ਚਾਹੋਗੇ? ਉਹਨਾਂ ਦਾ ਜੀਵਨ ਦੇ ਬਾਰੇ ਮੈਂ ਦੱਸਣਾ ਚਾਹੁੰਦਾ ਵੀ 25 ਮਾਰਚ 1882 ਨੂੰ ਉਹਨਾਂ ਦਾ ਜਨਮ ਜਿਹੜਾ ਪਿੰਡ ਨਡਾਲੋਂ, ਜੀ ਤਹਿਸੀਲ ਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਰਦਾਰ ਉੱਤਮ ਸਿੰਘ ਜੀ ਪਰਮਾਰ ਦੇ ਘਰ ਮਾਤਾ ਗੁਲਾਬ ਕੌਰ ਦੀ ਕੁੱਖੋਂ ਹੋਇਆ। ਜੀ ਔਰ ਉਹ 4 ਭਰਾ ਸਨ ਜਿਹੜੇ ਕਿ ਪਿੰਡ ਵਿੱਚ ਹੀ ਖੇਤੀਬਾੜੀ ਦਾ ਧੰਦਾ ਕਰਦੇ ਸਨ ਔਰ ਪਿੰਡ ਤੋਂ ਹੀ ਉਹਨਾਂ ਨੇ ਜਿਹੜੀ ਸਾਰੀ ਵਿੱਦਿਆ ਲਈ ਹੈ, ਜਿਸ ਤਰ੍ਹਾਂ ਪਹਿਲਾਂ ਆਪਣੇ ਗੁਰਦੁਆਰਿਆਂ ਤੋਂ, ਇਸ ਤਰ੍ਹਾਂ ਮਸਜਿਦਾਂ ਤੋਂ ਸਿੱਖਿਆ ਮਿਲਦੀ ਸੀ, ਜੀ ਇਸ ਤਰ੍ਹਾਂ ਹੀ ਉਸ ਟਾਈਮ ਦਾ ਸੀਗਾ ਸਿਸਟਮ, ਉਸ ਤੋਂ ਵਿੱਦਿਆ ਲੈ ਕੇ ਔਰ ਸੰਤ ਨਿਰਮਲ ਪੇਖ ਤੋਂ ਉਹਨਾਂ ਨੇ ਪਠਾਲਵੇ ਤੋਂ ਸਿੱਖਿਆ ਲੈ ਕੇ ਉਹ ਸਾਰੀ ਅੱਗੇ ਆਪਦਾ ਜੀਵਨ ਸ਼ੁਰੂ ਕੀਤਾ। ਇਹਨਾਂ ਨੇ ਇਸ ਗੁਰਸਿੱਖੀ ਵਾਲੀ ਜਿਹੜੀ ਗੱਲ ਕਰਦੇ ਹਾਂ ਆਪਾਂ, ਬਾਬਾ ਨਿਧਾਨ ਸਿੰਘ ਦੇ ਬੜੀ ਬਖਸ਼ਿਸ਼ ਹੈ ਗੁਰੂ ਸਾਹਿਬ ਦੀ, ਇਹ ਕਿਵੇਂ ਬਖਸ਼ਿਸ਼ ਦੇ ਪਾਤਰ ਬਣੇ? ਬਖਸ਼ਿਸ਼ ਦਾ ਪਾਤਰ ਤਾਂ ਜੋ ਅਕਾਲ ਪੁਰਖ ਦੀ ਜਿਹਦੇ 'ਤੇ ਰਹਿਮਤ ਹੁੰਦੀ ਆ ਉਹੀ ਬਣਦਾ, ਲੇਕਿਨ ਸ਼ੁਰੂ ਤੋਂ ਹੀ ਇਹਨਾਂ ਦੀ ਜਿਹੜੀ ਰੁਚੀ ਸੀ ਉਹ ਧਾਰਮਿਕ ਸੀ ਔਰ ਹਮੇਸ਼ਾ ਹੀ ਧਾਰਮਿਕ ਰੁਚੀਆਂ ਦੇ ਮਾਲਕ ਹੋਣ ਕਰਕੇ ਔਰ ਸਿੱਖੀ ਸੋਚ ਦੇ ਸ਼ੁਰੂ ਤੋਂ ਧਾਰਨੀ ਸਨ, ਗੱਤਕੇ ਦੇ ਬੜੇ ਅੱਛੇ ਖਿਡਾਰੀ ਸਨ, ਘੋੜਸਵਾਰੀ ਕਰਦੇ ਸਨ ਔਰ ਇਸੇ ਕਾਰਨ ਹੀ ਉਹ ਆਪਣੇ ਆਪ ਹੀ ਉਹਨਾਂ ਦਾ ਸਰੀਰ ਜਿਹੜਾ ਰਿਸ਼ਟ ਪੁਸ਼ਟ ਹੋਣ ਕਰਕੇ ਉਹ ਫੌਜ ਵਿੱਚ ਝਾਂਸੀ ਵਿਖੇ 5 ਨੰਬਰ ਸਾਲੇ 'ਚ ਭਰਤੀ ਹੋ ਗਏ ਸਨ। ਡਾਕਟਰ ਸਾਹਿਬ, ਤੁਸੀਂ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਦੇ ਬਕਾਇਦਾ ਇੱਕ ਸੰਸਥਾਪਕ ਵੀ ਹੋ, ਇਸ ਸੁਸਾਇਟੀ ਦੁਆਰਾ ਕਿਹੜੇ ਕਿਹੜੇ ਕਾਰਜ ਕੀਤੇ ਜਾ ਰਹੇ ਨੇ ਤਾਂ ਜੋ ਬਾਬਾ ਨਿਧਾਨ ਸਿੰਘ ਜੀ ਦੀ ਗੱਲ ਘਰ ਘਰ ਹੋ ਸਕੇ? ਬਾਬਾ ਨਿਧਾਨ ਸਿੰਘ ਜੀ ਜਿਹੜੀ ਇੰਟਰਨੈਸ਼ਨਲ ਸੁਸਾਇਟੀ ਬਣਾਈ ਗਈ ਆ ਜੀ, ਉਹ ਨੋਨ ਪ੍ਰੋਫਿਟੇਬਲ ਔਰ ਨੋਨ ਪੋਲੀਟੀਕਲ ਆ। ਕਿਆ ਬਾਤ! ਸਿਰਫ ਨਾ ਸਿਰਫ ਇਹਦਾ ਮੰਤਵ ਜਿਹੜਾ ਸੇਵਾ ਔਰ ਹੁਣ ਬਾਬਾ ਜੀ ਦੇ ਜਿਹੜੇ ਜੀਵਨ ਦੇ ਜੋ ਕਾਰਜ ਨੇ ਜੀ ਜਾਂ ਉਹਨਾਂ ਦੇ ਜੋ ਸਿਧਾਂਤ ਨੇ ਜਾਂ ਉਹਨਾਂ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣਕਾਰੀ ਦੇਣਾ ਹੀ ਇਹਦਾ ਮੁੱਖ ਮੰਤਵ ਆ। ਜੀ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੇ ਯਾਦ ਵਿੱਚ ਉਹਨਾਂ ਦੇ ਪਿੰਡ ਵੀ ਆਲੇ ਦੁਆਲੇ 3 ਵੱਡੇ ਇੰਟਰਨੈਸ਼ਨਲ ਗੱਤਕਾ ਕੱਪ ਕਰਾਏ। ਕਿਆ ਬਾਤ! ਔਰ ਦਸਤਾਰ ਸਜਾਓ ਮੁਕਾਬਲੇ ਅਸੀਂ ਕਰਵਾਉਂਦੇ ਹਾਂ, ਦਸਤਾਰਾਂ ਸਿਖਾਉਂਦੇ ਹਾਂ, ਹਫ਼ਤੇ ਦੀ ਟ੍ਰੇਨਿੰਗ ਦਿੰਦੇ ਹਾਂ ਜੀ, ਉਹ 14 ਹੁਣ ਤੱਕ ਅਸੀਂ ਕਰਵਾ ਚੁੱਕੇ ਹਾਂ। ਸੈਮੀਨਾਰ ਹੁਣ ਅਸੀਂ 10 ਸੈਮੀਨਾਰ ਹੁਣ ਤੱਕ ਕਰ ਚੁੱਕੇ ਹਾਂ, ਜਿਨ੍ਹਾਂ ਵਿੱਚੋਂ 3 ਟੋਰਾਂਟੋ ਵਿੱਚ ਵਿਦੇਸ਼ ਵਿੱਚ ਕੀਤੇ ਜਾ ਚੁੱਕੇ ਨੇ ਜੀ, ਔਰ ਹੋਰ ਜਿਹੜੇ ਬਹੁਤ ਸਾਰੇ ਇੱਕ ਖੋਜ ਕਰ ਜਿਵੇਂ PhD ਦਾ ਕਰਵਾਇਆ, ਜਿਹੜੇ ਅਸੀਂ ਦਿਨ ਰਾਤ ਜਿਹੜੇ ਆ ਇਸ ਪਾਸੇ ਹੀ 4 ਸਾਡੀਆਂ ਜਿਹੜੀਆਂ ਬੁੱਕਸ ਨੇ ਇਹਦੇ 'ਤੇ ਆ ਚੁੱਕੀਆਂ। ਹਰ ਸਾਲ ਅਸੀਂ ਜਿਹੜਾ ਸੰਤ ਇਹਨਾਂ 'ਤੇ ਬਾਬਾ ਜੀ ਦੇ ਯਾਦ ਵਿੱਚ ਇੱਕ ਅਵਾਰਡ ਦਿੰਦੇ ਹਾਂ, ਸੇਵਾ ਅਵਾਰਡ, ਔਰ ਉਹ 4 ਅਵਾਰਡ ਅਸੀਂ ਹੁਣ ਤੱਕ ਦੇ ਚੁੱਕੇ ਹਾਂ। ਇਸ ਤਰ੍ਹਾਂ ਦਾ ਜਿਹੜੇ ਕਾਰਜ ਨੇ ਉਹ ਇਹਦਾ ਮੰਤਵ ਇਹੋ ਹੀ ਆ ਕਿ ਬਾਬਾ ਨਿਧਾਨ ਸਿੰਘ ਜੀ ਦਾ ਜਿਹੜਾ ਜੀਵਨ ਆ ਉਹ ਘਰ ਘਰ ਵਿੱਚ ਉਹਨਾਂ ਦੇ ਬਾਰੇ ਜਾਣਕਾਰੀ ਹੋਵੇ। ਕੀ ਬਾਤ ਹੈ! ਡਾਕਟਰ ਸਾਹਿਬ, ਤੁਸੀਂ ਬਕਾਇਦਾ ਸੁਸਾਇਟੀ ਦੇ ਸੰਸਥਾਪਕ ਹੋਣ ਦੇ ਨਾਲ ਨਾਲ ਸੈਮੀਨਾਰਾਂ ਦੇ ਰਾਹੀਂ, ਸਮਾਗਮਾਂ ਦੇ ਰਾਹੀਂ, ਕੈਂਪਾਂ ਦੇ ਰਾਹੀਂ ਬਾਬਾ ਨਿਧਾਨ ਸਿੰਘ ਦਾ ਮੈਸੇਜ ਘਰ ਘਰ ਪਹੁੰਚਾ ਰਹੇ ਹੋ, ਪਰੰਤੂ ਜਦੋਂ ਕੋਈ ਕਾਰਜ ਕਰਨਾ ਹੋਵੇ ਤਾਂ ਉਹਦੇ ਵਾਸਤੇ ਮਾਇਆ ਬਹੁਤ ਜ਼ਰੂਰੀ ਹੈ। ਬਕਾਇਦਾ ਤੁਸੀਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇੱਕ ਵੱਡੇ ਮੁਕਾਮ 'ਤੇ ਬੈਠੇ ਹੋ, ਬੜੀ ਵੱਡੀ ਸੇਵਾ ਤੁਹਾਡੇ ਕੋਲ ਸਤਿਗੁਣ ਕਰਵਾਉਂਦੇ ਪਏ ਨੇ, ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸੁਸਾਇਟੀ ਨੂੰ ਕੋਈ ਸਹਾਇਤਾ ਮਿਲਦੀ ਹੈ, ਕੋਈ ਰਾਸ਼ੀ ਮਿਲ ਰਹੀ ਹੈ? ਅਸੀਂ ਅੱਜ ਤੱਕ ਕਿਸੇ ਵੀ ਸੰਸਥਾ ਤੋਂ ਜਾਂ ਸਰਕਾਰ ਤੋਂ ਜਿਹੜੀ ਸਹਾਇਤਾ ਨਹੀਂ ਲਈ ਜੀ, ਸਾਡੇ 50-60 ਦੇ ਕਰੀਬ ਕਾਫੀ ਐਕਟਿਵ ਮੈਂਬਰ ਨੇ ਔਰ ਸਾਰੇ ਹੀ ਗੁਰੂ ਬਖਸ਼ਿਸ਼ ਨਾਲ ਆਪਣੇ ਆਪਣੇ ਕੰਮਾਂ ਵਿੱਚ ਪੂਰੇ ਸਫਲ ਨੇ ਔਰ ਸਾਰੇ ਜਦੋਂ ਵੀ ਇੱਕ ਪ੍ਰੋਗਰਾਮ ਰੱਖਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਰੇ ਬੰਦੇ 1,000 ਰੁਪਈਆ ਪਾ ਕੇ ਤੁਰਦੇ ਆ ਔਰ ਉਸ ਤੋਂ ਬਾਅਦ ਕੁਛ ਨਾ ਕੁਛ ਅਸੀਂ ਦਿਲੇ 10-5-7 ਬੰਦੇ ਆ ਉਹ ਵਿਸ਼ੇਸ਼ ਰੂਪ 'ਚ ਰੱਖਦੇ ਹਾਂ ਵੀ ਜੇ ਕੋਈ ਮਾਇਆ ਦੀ ਲੋੜ ਪਵੇ ਜੀ, ਔਰ ਹਰ ਸਮਾਗਮ ਵਿੱਚ ਜਿੰਨੀ ਮਾਇਆ ਲੋੜ ਹੁੰਦੀ ਆ ਅਸੀਂ ਕੋਈ ਵੀ ਉਹ 'ਚੋਂ ਨਹੀਂ ਬਚਾਉਂਦੇ, ਉਨੇ ਹੀ ਲਾ ਕੇ ਅਤੇ ਅਗਲੇ ਸਮਾਗਮ ਲਈ ਦੁਬਾਰਾ ਉਹਨੂੰ ਆਪਸ 'ਚ ਇਕੱਠੇ ਕਰਦੇ ਹਾਂ, ਕਿਸੇ ਤੋਂ ਬਾਹਰੋਂ ਨਹੀਂ ਇਕੱਠੇ ਕਰਦੇ, ਕਿਸੇ ਮਤਲਬ ਆਪਣੇ ਆਪ ਹੀ ਆਪਣੇ ਜਿਹੜੇ ਅਸੀਂ ਵੈਲ ਸੈਟਲਡ ਆ ਸਾਰੇ। ਡਾਕਟਰ ਸਾਹਿਬ, ਕਿਵੇਂ ਦਾ ਤੁਹਾਨੂੰ ਇੱਥੇ ਰਿਸਪੋਂਸ ਮਿਲ ਰਿਹਾ, ਕਿਉਂਕਿ ਤੁਸੀਂ ਵਿਦੇਸ਼ਾਂ ਦੇ ਵਿੱਚ ਵੀ ਬਕਾਇਦਾ ਬਾਬਾ ਨਿਧਾਨ ਸਿੰਘ ਦੇ ਉੱਪਰ ਸੈਮੀਨਾਰ ਕਰ ਚੁੱਕੇ ਹੋ, ਪਟਿਆਲੇ ਵਿੱਚ ਤਾਂ ਖਾਸ ਕਰਕੇ ਪੰਜਾਬੀ ਯੂਨੀਵਰਸਿਟੀ ਵੀ ਤੁਸੀਂ ਇੱਕ ਨਹੀਂ ਅਨੇਕਾਂ ਸੈਮੀਨਾਰ ਕੀਤੇ ਨੇ, ਕੀ ਸਿੱਖ ਸੰਗਤਾਂ ਜਾਣੂ ਹੋ ਰਹੀਆਂ ਨੇ ਬਾਬਾ ਨਿਧਾਨ ਸਿੰਘ ਦੇ ਜੀਵਨ ਤੋਂ? ਬਹੁਤ ਅੱਛਾ ਸਵਾਲ ਕੀਤਾ ਤੁਸੀਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਸਾਡੇ ਸੈਮੀਨਾਰ ਹੁੰਦੇ ਨੇ ਉਹਨਾਂ ਨੂੰ ਇੰਨੀ ਸਫਲਤਾ ਮਿਲਦੀ ਆ ਵੀ ਸਾਡੇ ਜਿਹੜੇ ਸਰੋਤੇ ਆਉਂਦੇ ਨੇ ਜੀ ਉਹਨਾਂ ਨੂੰ 100-150 ਬੰਦੇ ਨੂੰ ਬਾਹਰ ਖੜ੍ਹੇ ਰਹਿਣਾ ਪੈਂਦਾ ਔਰ ਈਵਨ ਕਿ ਸਾਡੇ ਕੋਲ 2 ਸੈਮੀਨਾਰ ਇਹੋ ਜਿਹੇ ਅਸੀਂ ਕੀਤੇ ਨੇ ਬਾਹਰਲੀਆਂ ਸੁਸਾਇਟੀਆਂ ਨੇ ਸਾਡੇ ਤੋਂ ਜਿਹਦੇ 'ਚ ਸਾਡੀ ਸੁਸਾਇਟੀ ਦੀ ਡਿਊਟੀ ਇਹ ਸੀ ਵੀ ਜਿਹੜੇ ਸਰੋਤੇ ਲਿਆਉਣੇ ਆ ਤੁਸੀਂ ਮਤਲਬ ਜਿਹੜੇ ਸਾਡੇ ਕੋਲ ਆਪਣੇ ਆਟੋਮੈਟਿਕ ਸਾਨੂੰ ਹਰ ਸਾਲ ਜਦੋਂ ਅਗਸਤ ਮਹੀਨੇ ਤੋਂ ਪਹਿਲਾਂ ਜੁਲਾਈ 'ਚ ਜਿਹੜੀਆਂ ਸਾਡੇ ਸੰਗਤਾਂ ਨੇ ਆਪ ਪੁੱਛਣਾ ਸ਼ੁਰੂ ਕਰ ਦਿੰਦੀਆਂ ਨੇ ਵੀ ਤੁਹਾਡਾ ਜਿਹੜਾ ਸਮਾਗਮ ਕਿਸ ਤਰੀਕ ਨੂੰ ਆ
ਅਤੇ ਕਦੋਂ ਹੋਣਾ ਹੈ, ਕਿਸ ਵਿਸ਼ੇ 'ਤੇ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨਕੋਟ ਧੰਨਵਾਦ ਸ਼ੁਕਰਾਨਾ ਕਰੀਏ ਸਾਨੂੰ ਡਾਕਟਰ ਪਰਮਜੀਤ ਸਿੰਘ ਦੁਆਰਾ। ਇੱਕ ਉਸ ਮਹਾਂਪੁਰਸ਼ ਦੀ ਯਾਦ ਤਾਜ਼ਾ ਹੁੰਦੀ ਹੈ, ਬਾਬਾ ਨਿਧਾਨ ਸਿੰਘ ਜੀ, ਜਿਨ੍ਹਾਂ ਦੀ ਇੱਕ ਨਹੀਂ ਬੜੀ ਵਡਮੁੱਲੀ ਦੇਣ ਹੈ ਸਿੱਖ ਸੰਗਤ ਨੂੰ। ਡਾਕਟਰ ਸਾਹਿਬ ਮੈਂ ਇਹਦੇ ਬਾਰੇ ਵੀ ਗੱਲ ਕਰਾਂਗਾ, ਬਾਬਾ ਨਿਧਾਨ ਸਿੰਘ ਨੇ ਆਪਣੇ ਜੀਵਨ ਕਾਲ ਵਿੱਚ ਕਿਹੜੀ ਕਿਹੜੀ ਸੇਵਾ ਨਿਭਾਈ ਅਤੇ ਅੱਜ ਤੁਹਾਡੀ ਸੁਸਾਇਟੀ ਦੁਆਰਾ ਕੀ ਕੁਝ ਉਹਨਾਂ ਦੇ ਨਾਂ 'ਤੇ ਵੰਡਿਆ ਜਾ ਰਿਹਾ ਹੈ ਜਾਂ ਕਿਸ ਤਰ੍ਹਾਂ ਦੇ ਹੋਰ ਤੁਸੀਂ ਪ੍ਰੋਜੈਕਟ ਉਲੀਕੇ ਨੇ ਤਾਂ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਾਬਾ ਨਿਧਾਨ ਸਿੰਘ ਦੇ ਜੀਵਨ ਬਾਰੇ ਗੱਲ ਹੋ ਸਕੇ। ਪਰੰਤੂ ਇੱਥੇ ਸਮਾਂ ਹੋ ਗਿਆ ਛੋਟੀ ਬ੍ਰੇਕ ਦਾ, ਸੋ ਦੋਸਤੋ ਜਾਣਾ ਕਿਤੇ ਨੇ, ਬ੍ਰੇਕ ਤੋਂ ਬਾਅਦ ਫਿਰ ਜੁੜਾਂਗੇ ਅਤੇ ਗੱਲ ਕਰਾਂਗੇ ਸਾਡੇ ਅਤੇ ਸਤਿਕਾਰਯੋਗ ਬਾਬਾ ਨਿਧਾਨ ਸਿੰਘ ਦੇ ਜੀਵਨ ਬਾਰੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ ਪ੍ਰੋਗਰਾਮ ਖੋਜ ਦਰਪਣ ਸਾਂਝ ਵਿਚਾਰਾਂ ਦੇ ਵਿੱਚ। ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ, ਬ੍ਰੇਕ 'ਤੇ ਜਾਣ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸਾਂ ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਬਾਰੇ ਅਤੇ ਸਾਡੇ ਨਾਲ ਇਸ ਈਵਨ ਪੰਜਾਬੀ ਦੇ ਵਿਹੜੇ ਵਿੱਚ ਪਹੁੰਚੇ ਨੇ ਸਾਡੇ ਅਤੇ ਸਤਿਕਾਰਯੋਗ ਡਾਕਟਰ ਪਰਮਜੀਤ ਸਿੰਘ ਸਰੋਆ, ਜਿਨ੍ਹਾਂ ਨੇ ਇੱਕ PhD ਦਾ ਥੀਸਿਸ ਸਬਮਿਟ ਕਰਕੇ ਸਾਡੇ ਸਾਹਮਣੇ ਰੱਖ ਦਿੱਤਾ ਕਿ ਬਾਬਾ ਨਿਧਾਨ ਸਿੰਘ ਜੀ ਕੋਈ ਮਾੜੀ ਮੋਟੀ ਸ਼ਖਸੀਅਤ ਨਹੀਂ ਸਨ, ਗੁਰੂ ਪਾਤਸ਼ਾਹ ਜੀ ਦੀ ਬੜੀ ਬਖਸ਼ਿਸ਼ ਰਹਿਮਤ ਲੈ ਕੇ ਉਹਨਾਂ ਨੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤ ਨੂੰ, ਫਲਸਫੇ ਨੂੰ ਅੱਗੇ ਚਲਾਇਆ। ਡਾਕਟਰ ਸਾਹਿਬ, ਜਦੋਂ ਅਸੀਂ ਬਾਬਾ ਨਿਧਾਨ ਸਿੰਘ ਜੀਵਨ ਨੂੰ ਪੜ੍ਹਦੇ ਹਾਂ ਤਾਂ ਇੱਕ ਸ਼ਬਦ ਆਉਂਦਾ, ਖਿੱਸਾ ਮੇਰਾ ਹੱਥ ਤੇਰਾ, ਇਹਦੇ ਅਰਥ ਤੁਸੀਂ ਕਿਵੇਂ ਕਰੋਗੇ? ਆਮ ਕਰਕੇ ਜਿਹੜੇ ਅੱਜ ਕੱਲ੍ਹ ਅਰਥ ਨੇ ਉਹ ਤਾਂ ਇਸ ਤਰ੍ਹਾਂ ਲੈ ਜਾਂਦੇ ਵੀ ਉਹਨਾਂ ਦੇ ਜਿਵੇਂ ਜੇਬ ਉਹਨਾਂ ਦੀ ਆ ਅਤੇ ਹੱਥ ਇਹਨਾਂ ਦਾ, ਪਰ ਮੈਂ ਜੋ ਅਕਾਦਮਿਕ ਖੇਤਰ ਵਿੱਚ ਅਸੀਂ ਕੰਮ ਕਰਦੇ ਹਾਂ ਜੀ, ਤਾਂ ਇਹਦਾ ਜਿਹੜਾ ਅਰਥ ਹੈ ਮੈਂ ਲੈਂਦਾ, ਜਿਹੜਾ ਖੀਸੇ ਤੋਂ ਮਤਲਬ ਆ ਉਹ ਅਕਾਲ ਪੁਰਖ ਵੱਲੋਂ ਜੋ ਸਿਰਜਿਆ ਬ੍ਰਹਿਮੰਡ ਆ, ਔਰ ਜਿਹੜਾ ਹੱਥ ਹੈ ਉਹਦੇ ਲਈ ਉਹ ਕਿਰਤ ਕਿਰਤ ਕਰਨਾ, ਇਹਦਾ ਅਰਥ ਇਹ ਆ ਵੀ ਤੁਸੀਂ ਕਿਰਤ ਕਰੋ ਔਰ ਜਿਹੜੇ ਉਹ ਆਪਣਾ ਨਾਮ ਸਿਮਰਨ ਕਰੋ, ਜਿਹੜੀ ਕਿਰਤ ਕਰਨੀ ਆ ਜਾਂ ਸੇਵਾ ਕਰਨੀ ਆ ਉਹ ਨਿਸ਼ਕਾਮ ਹੋਣੀ ਚਾਹੀਦੀ ਹੈ, ਔਰ ਜਦੋਂ ਇਹ ਨਿਸ਼ਕਾਮ ਸੇਵਾ ਕਰਕੇ ਸਿਮਰਨ ਦੇ ਨਾਲ ਹੀ ਉਹ ਸਾਰਾ ਜਿਹੜਾ ਬ੍ਰਹਿਮੰਡ ਆ ਉਹ ਤੁਹਾਡੇ ਆਲੇ ਦੁਆਲੇ ਘੁੰਮਣ ਲੱਗ ਜਾਂਦਾ, ਜੋ ਤੁਸੀਂ ਚਾਹੁੰਦੇ ਹੋ ਉਹ ਹੁੰਦਾ। ਮੇਰੇ ਡਾਕਟਰ ਸਾਹਿਬ, ਤੁਸੀਂ ਇੱਥੇ ਨਿਸ਼ਕਾਮ ਦੀ ਗੱਲ ਕੀਤੀ ਹੈ, ਮੈਨੂੰ ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਵੱਲ ਫਿਰ ਜਾਣਾ ਪੈ ਰਿਹਾ ਕਿਉਂਕਿ ਤੁਸੀਂ ਬਕਾਇਦਾ ਸੁਸਾਇਟੀ ਵੱਲੋਂ ਹਰ ਸਾਲ ਅਵਾਰਡ ਵੀ ਦਿੰਦੇ ਹੋ ਸ਼ਖਸੀਅਤਾਂ ਨੂੰ, ਤੁਸੀਂ ਬਕਾਇਦਾ ਇਹ ਆਖਿਆ ਨਿਸ਼ਕਾਮ, ਉਹ ਜਿਹੜੀ ਅਵਾਰਡ ਦੇਣ ਦੀ ਕਿਰਿਆ ਹੈ ਉਹ ਤੁਸੀਂ ਕਿਵੇਂ ਚੂਜ਼ ਕਰਦੇ ਹੋ ਵੀ ਇਸ ਸਾਲ ਅਸੀਂ ਇਸ ਸ਼ਖਸੀਅਤ ਨੂੰ ਅਵਾਰਡ ਦੇਣਾ, ਇਸ ਸਾਲ ਅਸੀਂ ਇਸ ਸ਼ਖਸੀਅਤ ਨੂੰ ਅਵਾਰਡ ਦੇਣਾ? ਸਾਡੇ ਅਸੀਂ 11 ਮੈਂਬਰੀ ਸਲਾਹਕਾਰ ਬੋਰਡ ਬਣਾਇਆ ਹੈ ਜੀ, ਜਿਹਦੇ 'ਚ ਸਾਰੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਅਤੇ ਡਾਕਟਰ ਸਾਹਿਬਾਨ ਨੇ ਜੀ, ਉਹ ਮਿਲ ਕੇ ਅਸੀਂ ਮੀਟਿੰਗ ਕਰਕੇ ਹਰ ਸਾਲ ਅਸੀਂ ਫੈਸਲਾ ਲੈਂਦੇ, ਜਿਹੜੀ ਸ਼ਖਸੀਅਤ ਨੇ ਸੇਵਾ ਦੇ ਕਿਸੇ ਵੀ ਖੇਤਰ ਵਿੱਚ ਜੀ ਕੋਈ ਯੋਗਦਾਨ ਪਾਇਆ ਹੋਵੇ ਉਸ ਨੂੰ ਅਸੀਂ ਅਵਾਰਡ ਲਈ ਚੁਣਦੇ ਹਾਂ। ਐਤਕੀ ਜਿਹੜਾ ਸਾਡਾ 11ਵਾਂ ਸੈਮੀਨਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੋ ਰਿਹਾ 4 ਅਗਸਤ ਨੂੰ, ਉਸ ਵਿੱਚ ਸੰਤ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਔਰ ਜਿਨ੍ਹਾਂ ਬਾਰੇ ਤੁਸੀਂ ਜਾਣਦੇ ਹੀ ਹੋ, ਪਦਮ ਸ਼੍ਰੀ ਦੀ ਉਹਨਾਂ ਨੂੰ ਉਪਾਧੀ ਮਿਲੀ ਆ ਜੀ, ਔਰ ਉਹਨਾਂ ਨੂੰ ਅਸੀਂ ਇਹ ਜਿਹੜਾ ਸੇਵਾ ਅਵਾਰਡ ਦੇਣ ਜਾ ਰਹੇ ਹਾਂ। ਕੀ ਬਾਤ ਹੈ ਦਰਸ਼ਕੋ, ਮੈਂ ਤੁਹਾਨੂੰ ਇੱਥੇ ਵੀ ਦੱਸ ਦੇਵਾਂ ਅੱਜ ਜਿਸ ਵਿਸ਼ੇ ਦੇ ਬਾਬਤ ਅਸੀਂ ਖੋਜ ਦਰਪਣ ਤੁਹਾਡੇ ਰੂਬਰੂ ਕਰ ਰਹੇ ਹਾਂ, ਕੁਝ ਸਮੇਂ ਬਾਅਦ 4 ਅਗਸਤ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਕਾਇਦਾ ਬਾਬਾ ਨਿਧਾਨ ਸਿੰਘ ਜੀ ਦੀ ਯਾਦ ਦੇ ਵਿੱਚ ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਵੱਲੋਂ ਇੱਕ ਵਿਸ਼ੇਸ਼ ਤੌਰ 'ਤੇ ਸੈਮੀਨਾਰ ਵੀ ਲਿਖਿਆ ਗਿਆ ਹੈ। ਮੈਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ, ਆਓ ਅਸੀਂ ਵੀ ਸੈਮੀਨਾਰ ਦਾ ਹਿੱਸਾ ਬਣੀਏ ਅਤੇ ਬਾਬਾ ਨਿਧਾਨ ਸਿੰਘ ਦੇ ਜੀਵਨ ਬਾਰੇ ਆਪਣੇ ਜੀਵਨ ਵਿੱਚ ਵੀ ਕੁਝ ਪੜ੍ਹਦਾ ਕੁਝ ਰੋਸ਼ਨੀ ਡਾਲ ਸਕੀਏ। ਡਾਕਟਰ ਸਾਹਿਬ, ਜੇਕਰ ਗੱਲ ਕਰੀਏ ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਬਾਰੇ, ਤੁਸੀਂ ਪਹਿਲੇ ਆਖਿਆ ਸੀ ਕਿ ਅਸੀਂ ਸੁਸਾਇਟੀ ਦੇ ਵੱਲੋਂ ਬਾਬਾ ਜੀ ਦੇ ਜੀਵਨ ਦੇ ਸੰਬੰਧ ਵਿੱਚ ਕੁਝ ਕਿਤਾਬਾਂ ਵੀ ਪ੍ਰਕਾਸ਼ਿਤ ਕਰਕੇ ਸਿੱਖ ਸੰਗਤਾਂ ਦੀ ਝੋਲੀ ਪਾਈਆਂ ਨੇ, ਉਹ ਕਿਤਾਬਾਂ ਕਿਹੜੀਆਂ ਨੇ? ਸਭ ਤੋਂ ਪਹਿਲੀ ਕਿਤਾਬ ਜਿਹੜੀ ਉਹਨਾਂ ਦੇ ਜੀਵਨ ਅਤੇ ਯੋਗਦਾਨ ਬਾਰੇ ਸੀ ਜੀ, ਔਰ ਦੂਸਰੀ ਸਾਡੇ ਸੈਮੀਨਾਰਾਂ 'ਤੇ ਆਧਾਰਿਤ ਸੀ ਜਿਹੜੇ ਅਸੀਂ ਸੈਮੀਨਾਰ ਕੀਤੇ ਆ, ਤੀਸਰੀ ਜਿਹੜੀ ਆ ਉਹ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਨਹੀਂ ਸੀ, ਉਹ ਜਿਹੜੇ ਹਜ਼ੂਰ ਸਾਹਿਬ ਦੇ ਦੂਸਰੀ ਸ਼ਖਸੀਅਤ ਨੇ ਬਹੁਤ ਵੱਡੀ ਅਣਗੌਲੀ ਸ਼ਖਸੀਅਤ ਸਨ, ਉਹ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾਂ 'ਤੇ ਅਸੀਂ 300 ਸਵਾਲ ਜਿਹੜੇ ਕਰਕੇ ਉਹਦੇ ਜਵਾਬ ਬਣਾ ਕੇ ਛੋਟੇ ਛੋਟੇ ਬੱਚਿਆਂ ਲਈ ਬਹੁਤ ਲਾਭਦਾਇਕ ਉਹ ਕੀਤੀ ਆ, ਔਰ ਚੌਥੀ ਜਿਹੜੀ ਆ ਸੇਵਾ ਅਤੇ ਲੰਗਰ 'ਤੇ ਜਿਹੜੇ ਸਾਡੇ ਸੈਮੀਨਾਰਾਂ ਦੀ ਪ੍ਰੋਸੀਡਿੰਗ ਆ ਉਹ ਕਿਤਾਬ ਆ, ਔਰ ਜਿੰਨੇ ਵੀ ਸਾਡੇ ਸੈਮੀਨਾਰ ਹੁੰਦੇ ਨੇ ਉਹਨਾਂ ਨੂੰ ਅਸੀਂ ਕਿਤਾਬ ਦਾ ਰੂਪ ਬਾਅਦ ਵਿੱਚ ਦਿੰਦੇ ਤਾਂ ਕਿ ਜਿਹੜੀ ਸਾਰੀ ਸੰਗਤ ਆ ਦੇਸ਼ਾਂ ਵਿਦੇਸ਼ਾਂ 'ਚ ਉਹਦਾ ਲਾਹਾ ਲੈ ਸਕੇ ਲਾ ਸਕੇ। ਡਾਕਟਰ ਸਾਹਿਬ, ਕੀ ਸੈਮੀਨਾਰਾਂ ਤੋਂ ਇਲਾਵਾ, ਕਿਤਾਬਾਂ ਪ੍ਰਕਾਸ਼ਿਤ ਤੋਂ ਇਲਾਵਾ ਹੋਰ ਵੀ ਕੋਈ ਪ੍ਰੋਜੈਕਟ ਉਲੀਕਿਆ ਗਿਆ ਵੀ ਬਾਬਾ ਨਿਧਾਨ ਸਿੰਘ ਜੀ ਦੀ ਜਿਹੜੀ ਗੱਲ ਹੈ ਉਹ ਘਰ ਘਰ ਹੋ ਸਕੇ? ਹਰ ਸਾਲ ਉਹਨਾਂ ਦਾ ਜਿਹੜਾ ਕੈਲੰਡਰ ਅਸੀਂ ਛਾਪਦੇ ਹਾਂ ਉਹਨਾਂ ਦੇ, ਉਹ ਘਰ ਘਰ ਪਹੁੰਚਾਉਂਦੇ ਹਾਂ ਜੀ, ਔਰ ਦੂਸਰਾ ਪੈਂਫਲਟ ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੇ ਜਿਹੜਾ ਉਹਨਾਂ ਦਾ ਪਿੰਡ ਹੈ ਆਪਣੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਨਡਾਲੋਂ ਪਿੰਡ ਹੈ ਜੀ, ਉੱਥੇ ਜਾ ਕੇ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾਂਦਾ 25 ਮਾਰਚ ਨੂੰ, ਉੱਥੇ ਵੰਡਦੇ ਹਾਂ, ਔਰ ਉੱਥੇ ਪ੍ਰੋਗਰਾਮ ਵੀ ਲਾਈਵ ਕਰਾਇਆ ਸੀ, ਉਹਦੀ DVD TCD ਤੋਂ ਰਿਲੀਜ਼ ਕਰਵਾ ਕੇ ਵੀ ਸੰਗਤਾਂ ਤੱਕ ਵੰਡੀ ਹੈ, ਔਰ ਹੋਰ ਵੀ ਜਿੰਨੇ ਵੀ ਉਪਰਾਲੇ ਨੇ ਉਹ ਹਮੇਸ਼ਾ ਕਰਦੇ ਰਹੀਦਾ।
क्या बात है डॉक्टर साहब, विदेशों तो तुहानू किस तरह का सुझाव सामने आ रहा है, क्योंकि विदेशों के भी काफ़ी बाबा निधान सिंह जी मानने वाले जिहड़े ओ सिख संगत है विराजमान है। ਵਿਦੇਸ਼ਾਂ ਵਿੱਚ ਅਸੀਂ 3 ਵਾਰੀ ਉੱਥੇ ਸੈਮੀਨਾਰ ਉੱਥੇ ਕੀਤੇ ਨੇ, ਉਹ ਟੋਰਾਂਟੋ 'ਚ ਕੀਤੇ ਨੇ, ਔਰ ਬੜੀ ਵੱਡੀ ਸਾਨੂੰ ਖੁਸ਼ੀ ਦੀ ਗੱਲ ਆ। ਦੇਖੋ ਉੱਥੇ ਬਾਹਰ ਵਿਦੇਸ਼ਾਂ ਵਿੱਚ ਤੁਸੀਂ ਆਮ ਸੁਣਿਆ ਵੀ ਉੱਥੇ ਮਤਲਬ ਫ੍ਰੀ ਕੋਈ ਨਹੀਂ ਦਿੰਦਾ ਕੁਛ ਵੀ, ਲੇਕਿਨ ਸਾਡੀ ਸੰਸਥਾ ਨੂੰ ਹਰ ਸਾਲ ਜਿਹੜਾ ਉੱਥੇ ਜਿਹੜਾ ਉਹਦਾ ਪ੍ਰਬੰਧ ਆ ਕਿਆ ਉੱਥੇ ਬਾਤ ਹੋਟਲ ਦੇ ਵਿੱਚ ਫ੍ਰੀ, ਔਰ ਜਿਹੜਾ ਉੱਥੇ ਲੰਗਰ ਵੀ ਆ ਉਹ ਫ੍ਰੀ ਕਰਦੇ ਆ। ਔਰ ਇਸ ਵਾਰ ਅਸੀਂ 17 ਜੂਨ ਨੂੰ ਮੈਂ ਟੋਰਾਂਟੋ ਵਿੱਚ ਸਮਾਗਮ ਕਰਕੇ ਆਇਆ, ਔਰ ਉਹ ਪਟਿਆਲੇ ਦੇ ਸੱਜਣ ਸਨ ਭਿੰਡਰ ਸਾਹਿਬ ਜਿਨ੍ਹਾਂ ਦੇ ਪੈਲਸ 'ਚ ਕੀਤਾ, ਔਰ ਅਸੀਂ ਸ਼ਾਮ ਨੂੰ ਸਮਾਪਤੀ ਹੋਣੀ ਸੀ ਉਹਦੀ 8 ਵਜੇ, ਸਿਰਫ ਅਸੀਂ ਚਾਹ ਪਕੌੜਿਆਂ ਦਾ ਲੰਗਰ ਕੀਤਾ ਸੀ। ਲੇਕਿਨ ਜਦੋਂ ਉਹਨਾਂ ਨੇ ਸਮਾਗਮ 'ਚ ਬੈਠ ਕੇ ਸੁਣਿਆ ਵੀ ਲੰਗਰ ਬਾਰੇ ਗੱਲ ਕੀਤੀ ਗਈ ਆ, ਬਾਬਾ ਨਿਧਾਨ ਸਿੰਘ ਬਾਰੇ ਕੀਤੀ ਆ, ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਨੈਕਸਟ ਵਾਰ ਮੈਨੂੰ ਇਹ ਸੇਵਾ ਦੇਣੀ ਹੈ, ਔਰ ਮੈਂ ਇਸ ਅਗਲੀ ਵਾਰ ਲੰਗਰ ਦਾ ਵੀ ਪ੍ਰਬੰਧ ਤੁਹਾਨੂੰ ਆਪ ਕਰਕੇ ਦਿਆਂਗਾ ਕਿਆ ਆਪਣੇ ਵੱਲੋਂ। ਬਾਤ ਹੈ ਸੱਚਮੁੱਚ, ਜਦੋਂ ਤੱਕ ਸਾਡੇ ਕੋਲ ਕਿਸੇ ਮਹਾਂਪੁਰਸ਼ ਦੇ ਜੀਵਨ ਬਾਰੇ ਨਹੀਂ ਜਾਣਕਾਰੀ ਮਿਲੇਗੀ ਅਸੀਂ ਅਣਜਾਣ ਹੀ ਰਹਾਂਗੇ। ਜਦੋਂ ਕਿਸੇ ਮਹਾਂਪੁਰਸ਼ ਦੀ ਜਾਣਕਾਰੀ ਸਾਡੇ ਜੀਵਨ ਵਿੱਚ ਆ ਜਾਵੇ ਅਸੀਂ ਵੀ ਸੁਚੇਤ ਹੋ ਜਾਂਦੇ ਹਾਂ ਕਿ ਸੱਚਮੁੱਚ ਅਸੀਂ ਉਸ ਪੰਥ ਦੇ ਵਾਰਸ ਹਾਂ, ਉਸ ਕੌਮ ਦੇ ਵਾਰਸ ਹਾਂ ਜਿਸ ਕੌਮ ਦੇ ਵਿੱਚ ਜਿਸ ਪੰਥ ਵਿੱਚ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਨਮ ਲਿਆ ਹੈ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਪਰ ਮੈਂ ਇੱਥੇ ਬੇਨਤੀ ਕਰਾਂਗਾ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਅੱਜ? ਮੈਂ ਦਰਸ਼ਕਾਂ ਨੂੰ ਸੰਦੇਸ਼ ਇਹੀ ਦੇਣਾ ਚਾਹੁੰਦਾ ਵੀ ਜਿਨ੍ਹਾਂ ਸ਼ਖਸੀਅਤਾਂ ਨੇ ਸਿੱਖ ਸਮਾਜ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਬਹੁਤ ਅਹਿਮ ਰੋਲ ਨਿਭਾਏ ਨੇ, ਉਹ ਸ਼ਖਸੀਅਤਾਂ ਜਿਹੜੀਆਂ ਅਣਗੌਲੀਆਂ ਰਹਿ ਗਈਆਂ ਨੇ ਉਹਨਾਂ ਦੀ ਜਿਹੜੀ ਜਾਣਕਾਰੀ ਆ ਉਹ ਸਿੱਖ ਸੰਗਤਾਂ ਤੱਕ ਪਹੁੰਚਾਈ ਜਾਵੇ, ਉਹ ਉਸ ਲਈ ਸਾਡੀ ਸੁਸਾਇਟੀ ਵਿੱਚ ਤਤਪਰ ਆ। ਔਰ ਜੇ ਹੋਰ ਵੀ ਕੋਈ ਸ਼ਖਸੀਅਤਾਂ ਇਹੋ ਜਿਹੀਆਂ ਹੋਣ ਉਹਨਾਂ ਬਾਰੇ ਸਾਨੂੰ ਦੱਸਿਆ ਜਾਵੇ, ਤਾਂ ਕਿ ਉਹਨਾਂ ਬਾਰੇ ਵੀ ਜਿਹੜੀ ਸਾਡੇ ਸਾਰੇ ਸਮਾਜ ਨੂੰ ਸੰਸਾਰ ਭਰ ਵਿੱਚ ਅਸੀਂ ਜਾਣਕਾਰੀ ਦੇ ਸਕੀਏ। ਜੀ ਬਿਲਕੁਲ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਸਾਂਝੀ ਸਾਡੇ ਅਤਿ ਸਤਿਕਾਰਯੋਗ ਡਾਕਟਰ ਪਰਮਜੀਤ ਸਿੰਘ ਸਰੋਆ, ਜਿਹੜੇ ਕਿ ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਦੇ ਸੰਸਥਾਪਕ ਨੇ, ਬੜਾ ਵੱਡਾ ਇੱਕ ਵਡਮੁੱਲਾ ਮੈਸੇਜ ਸਾਨੂੰ ਦੇ ਕੇ ਗਏ ਨੇ। ਦੋਸਤੋ, ਮੈਂ ਵੀ ਤੁਹਾਡੇ ਚੈਨਲ ਵਿੱਚ ਬੇਨਤੀ ਕਰਾਂਗਾ, ਜੇਕਰ ਤੁਸੀਂ ਵੀ ਕਿਤੇ ਇਹੋ ਜਿਹੀ ਸ਼ਖਸੀਅਤ ਨੂੰ ਜਾਣਦੇ ਹੋ, ਇਹੋ ਜਿਹੇ ਮਹਾਂਪੁਰਸ਼ ਨੂੰ ਜਾਣਦੇ ਹੋ ਜਿਨ੍ਹਾਂ ਦੀ ਗੱਲ ਅਸੀਂ ਆਉਣ ਵਾਲੀ ਪਨੀਰੀ ਤੱਕ ਨਹੀਂ ਪਹੁੰਚਾ ਸਕੇ, ਜਿਨ੍ਹਾਂ ਨੂੰ ਅਸੀਂ ਆਪਣੇ ਜ਼ਿਹਨ ਦਾ ਹਿੱਸਾ ਨਹੀਂ ਬਣਾ ਸਕੇ, ਤੇ ਆਓ ਕੋਸ਼ਿਸ਼ ਕਰੀਏ ਅਸੀਂ ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਨਾਲ ਜੁੜ ਕੇ ਉਹਨਾਂ ਮਹਾਂਪੁਰਸ਼ਾਂ ਦੀ ਗੱਲ, ਉਹਨਾਂ ਸੂਰਬੀਰ ਯੋਧਿਆਂ ਦੀ ਗੱਲ ਜਿਨ੍ਹਾਂ ਨੂੰ ਅਸੀਂ ਆਪਣੇ ਜ਼ਿਹਨ 'ਚੋਂ ਭੁਲਾ ਬੈਠੇ ਸਾਂ, ਸੁਸਾਇਟੀ ਨਾਲ ਜੁੜ ਕੇ ਉਸ ਮਹਾਂਪੁਰਸ਼ ਦੇ ਬਾਰੇ ਵਡਮੁੱਲੀ ਜਾਣਕਾਰੀ ਦੇਈਏ, ਤਾਂ ਜੋ ਆਉਣ ਵਾਲੀ ਪਨੀਰੀ ਤੱਕ ਅਸੀਂ ਉਹਨਾਂ ਮਹਾਂਪੁਰਸ਼ਾਂ ਦੀ ਦੇਣ, ਉਹਨਾਂ ਮਹਾਂਪੁਰਸ਼ਾਂ ਦਾ ਜੀਵਨ ਪਹੁੰਚਾ ਸਕੀਏ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਾਨੂੰ ਦੁਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੀਆਂ ਹੋਰ ਪੰਥ ਦੀਆਂ ਨਾਮਵਰ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਾਂਗੇ। ਤਦ ਤੱਕ ਅਸੀਂ ਆਪ ਸਾਰਿਆਂ ਤੋਂ ਖਿਮਾ ਤੇ ਜਾ ਚੱਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।